ਸਾਰੇ ਪਠਾਨਕੋਟ ਨਿਵਾਸੀਆਂ ਨੂੰ ਜੈ ਸ਼੍ਰੀ ਰਾਮ। ਪੂਰੇ ਦੇਸ਼ ਦੇ ਅੰਦਰ 22 ਤਰੀਕ ਨੂੰ ਲੈ ਕੇ ਬਹੁਤ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਔਰ ਪੂਰਾ ਦੇਸ਼ ਰਾਮਮਈ ਹੋਇਆ ਪਿਆ। ਦੇਸ਼ ਹੀ ਨਹੀਂ, ਪੂਰੀ ਦੁਨੀਆ 'ਚ ਜਿੱਥੇ ਜਿੱਥੇ ਰਾਮ ਭਗਤ ਰਹਿੰਦੇ ਨੇ ਉਹਨਾਂ ਦੇ ਅੰਦਰ ਪ੍ਰਾਣ ਪ੍ਰਤਿਸ਼ਠਾ, ਭਗਵਾਨ ਰਾਮ ਅਯੋਧਿਆ ਦੇ ਅੰਦਰ 500 ਸਾਲਾਂ ਦੇ ਸੰਘਰਸ਼ ਤੋਂ ਬਾਅਦ ਆਪਣੇ ਭਵਿਆ ਮੰਦਿਰ ਦੇ ਅੰਦਰ, ਮੈਂ ਤਾਂ ਕਹਾਂਗਾ ਗ੍ਰਹਿ ਪ੍ਰਵੇਸ਼ ਕਰ ਰਹੇ ਨੇ। ਜਿਸ ਪ੍ਰਕਾਰ ਦੀਵਾਲੀ ਮਨਾਈ ਜਾਂਦੀ ਹੈ ਉਸੇ ਪ੍ਰਕਾਰ ਦਾ ਉਤਸ਼ਾਹ, ਉਸੇ ਪ੍ਰਕਾਰ ਦਾ ਉਲਾਸ, ਉਸੇ ਪ੍ਰਕਾਰ ਦੀ ਖੁਸ਼ੀ ਪਠਾਨਕੋਟ ਨਗਰ 'ਚ ਵੀ ਦੇਖੀ ਜਾ ਰਹੀ ਹੈ। ਪੂਰਾ ਪਠਾਨਕੋਟ ਇਸ ਵੇਲੇ ਰਾਮਮਈ ਹੋਇਆ ਪਿਆ। ਮੰਦਿਰ ਹੋਣ, ਗੁਰਦੁਆਰਾ ਸਾਹਿਬ ਹੋਣ, ਦੁਕਾਨਦਾਰ ਹੋਣ, ਮਜ਼ਦੂਰ ਹੋਣ, ਜਿਹੜਾ ਰਾਮ ਨਾਲ ਪਿਆਰ ਕਰਦਾ ਹੈ ਉਹ ਰਾਮਮਈ ਹੋਇਆ ਪਿਆ। ਅਲੱਗ ਅਲੱਗ ਜਗ੍ਹਾ ਦੇ ਉੱਤੇ ਦੁਕਾਨਦਾਰਾਂ ਨੇ ਸਵੈਮ ਆਪਣੀ ਮਰਜ਼ੀ ਦੇ ਨਾਲ ਆਪਣੀਆਂ ਦੁਕਾਨਾਂ ਸਜਾਈਆਂ ਨੇ, ਲਾਈਟਾਂ ਲਗਾਈਆਂ ਨੇ, ਬਾਜ਼ਾਰ ਸੱਜੇ ਪਏ ਨੇ। ਪ੍ਰਭੂ ਰਾਮ ਜੀ ਦੇ ਝੰਡੇ ਜਿਹੜੇ ਆ ਭਗਵਾ, ਉਹ ਦੁਕਾਨਾਂ 'ਤੇ ਘਰਾਂ ਦੇ ਅੰਦਰ ਲੱਗੇ ਪਏ ਨੇ। ਮੈਂ ਐਸਾ ਦ੍ਰਿਸ਼ ਆਪਣੇ ਜੀਵਨ ਦੇ ਅੰਦਰ ਕਦੀ ਨਹੀਂ ਦੇਖਿਆ ਜਿਸ ਪ੍ਰਕਾਰ ਦਾ ਦ੍ਰਿਸ਼ ਇਸ ਵੇਲੇ ਪਠਾਨਕੋਟ ਦੇ ਅੰਦਰ ਦੇਖਣ ਨੂੰ ਮਿਲ ਰਿਹਾ। ਮੈਂ ਪਠਾਨਕੋਟ ਦੇ ਨਗਰ ਨਿਵਾਸੀਆਂ ਦਾ, ਪਠਾਨਕੋਟ ਦੇ ਦੁਕਾਨਦਾਰ ਬੰਧੂਆਂ ਦਾ, ਪਠਾਨਕੋਟ ਦੇ ਸਾਰੇ ਹੀ ਵਪਾਰਿਕ, ਸਮਾਜਿਕ, ਰਾਜਨੀਤਿਕ NGOs ਦਾ ਵੀ ਧੰਨਵਾਦੀ ਹਾਂ ਕਿ ਜਿਹੜੇ ਕਿ ਇਸ ਉਲਾਸ ਦੇ ਅੰਦਰ ਆਪਣੇ ਆਪ ਨੂੰ ਸ਼ਾਮਿਲ ਕਰ ਰਹੇ ਨੇ ਔਰ ਇੱਕ ਉਤਸਵ ਦਾ ਮਾਹੌਲ ਹੈ। ਔਰ ਹੋਵੇ ਵੀ ਕਿਉਂ ਨਾ, ਬੜਾ ਲੰਬਾ ਸੰਘਰਸ਼ ਹੈ, 500 ਸਾਲਾਂ ਦਾ ਸੰਘਰਸ਼ ਹੈ, 3 ਲੱਖ ਰਾਮ ਭਗਤਾਂ ਦਾ ਬਲੀਦਾਨ ਹੋਇਆ। ਪੰਜਾਬੀਆਂ ਨੂੰ ਵੀ ਗਰਵ ਹੋਣਾ ਚਾਹੀਦਾ ਕਿ ਇਸ ਲੜਾਈ ਦੇ ਅੰਦਰ ਸਾਡੇ ਨਿਹੰਗਾਂ ਦਾ ਵੀ ਬਲੀਦਾਨ ਹੋਇਆ ਸੀ ਔਰ 3 ਲੱਖ ਬਲੀਦਾਨ ਤੋਂ ਬਾਅਦ ਮਰਿਆਦਾ ਪੁਰਸ਼ੋਤਮ ਰਾਮ ਜੀ ਆਪਣੇ ਘਰ ਅਗਰ ਆ ਰਹੇ ਨੇ ਅਤੇ ਮਰਿਆਦਾ ਦੇ ਨਾਲ ਹੀ ਆ ਰਹੇ ਨੇ, ਨਿਆਂ ਲੈ ਕੇ ਆ ਰਹੇ ਨੇ। ਰਾਮ ਜੀ ਪਕਸ਼ ਸੀ, ਨਿਆਂ ਦੀ ਪ੍ਰੀਤੀ ਦੇ ਅੰਦਰ ਉਹਨਾਂ ਨੂੰ ਨਿਆਂ ਮਿਲਿਆ ਔਰ ਫਿਰ ਉਹਨਾਂ ਨੇ ਮਰਿਆਦਾ ਦਾ ਪਾਲਣ ਕੀਤਾ ਔਰ ਆ ਸਾਡੀ ਜਿਹੜੀ ਪੀੜ੍ਹੀ ਹੈ ਬੜੀ ਭਾਗਯਸ਼ਾਲੀ ਹੈ। ਕਈ ਪੀੜ੍ਹੀਆਂ ਇਸ ਕਰਕੇ ਚਲੀਆਂ ਗਈਆਂ ਕਿ ਭਗਵਾਨ ਰਾਮ ਜੀ ਦਾ ਮੰਦਿਰ ਉਹਨਾਂ ਦੇ ਸਾਹਮਣੇ ਬਣੇ, ਲੇਕਿਨ ਨਹੀਂ ਬਣਿਆ। ਅੱਜ ਦੀ ਪੀੜ੍ਹੀ ਬੜੀ ਸੌਭਾਗਯਸ਼ਾਲੀ ਹੈ ਕਿ ਭਗਵਾਨ ਰਾਮ ਜੀ ਦਾ ਭਵਿਆ ਮੰਦਿਰ ਬਣਦੇ ਹੋਏ ਦੇਖ ਰਹੀ ਹੈ। ਮੈਂ ਆਪ ਸਭ ਦੇ ਮਾਧਿਅਮ ਦੇ ਨਾਲ ਨਿਵੇਦਨ ਕਰਨਾ ਚਾਹੁੰਦਾ, ਪੱਤਰਕਾਰ ਮਿੱਤਰਾਂ ਦੇ ਮਾਧਿਅਮ ਦੇ ਨਾਲ, ਕੋਈ ਕੋਰ ਕਸਰ ਨਾ ਛੱਡਿਓ। ਇਹ ਦਿਨ ਇਤਿਹਾਸ ਦੇ ਅੰਦਰ ਸਵਰਣਮਈ ਅਕਸ਼ਰਾਂ 'ਚ ਲਿਖਿਆ ਜਾਏਗਾ। ਜਿੱਦਾਂ ਲੋਕ ਦੀਵਾਲੀ ਮਨਾਉਂਦੇ ਆ, ਹਰ ਵਾਰ 22 ਜਨਵਰੀ ਜਿਹੜੀ ਆ ਦੀਵਾਲੀ ਹੋਏ ਕਰੇਗੀ। ਆਓ ਮਿਲ ਕੇ ਪ੍ਰਭੂ ਰਾਮ ਜੀ ਦੇ ਚਰਨਾਂ ਦੇ ਅੰਦਰ ਵੰਦਨ ਕਰੀਏ। ਔਰ ਇੱਕ ਗੱਲ ਹੋਰ ਕਹਾਂਗਾ, ਰਾਮ ਭਦਰਾਚਾਰਿਆ ਜੀ ਨੇ ਇੱਕ ਬਹੁਤ ਵੱਡੀ ਗੱਲ ਕਹੀ ਹੈ ਕਿ ਪ੍ਰਾਣ, ਇਹ ਇਕੱਲੀ ਪ੍ਰਾਣ ਪ੍ਰਤਿਸ਼ਠਾ ਨਹੀਂ ਹੈ, ਇਹ ਮੂਰਤੀ ਦੀ ਪ੍ਰਾਣ ਪ੍ਰਤਿਸ਼ਠਾ ਨਹੀਂ ਹੈ, ਇਹ ਹਿੰਦੁਸਤਾਨ ਦੇ ਉੱਤੇ ਤ੍ਰੇਤਾ ਯੁੱਗ ਦਾ ਦੀ ਛਾਇਆ ਜਿਹੜੀ ਹੈ ਉਹਦਾ ਲੋਕਾਂ ਅਰਪਣ ਹੋ ਰਿਹਾ। ਇਹਦਾ ਮਤਲਬ ਰਾਮ ਰਾਜੇ ਵੱਲ ਹਿੰਦੁਸਤਾਨ ਵਧੇਗਾ। ਆਓ ਪ੍ਰਭੂ ਪ੍ਰੇਮੀਓ, ਕੋਈ ਕਸਰ ਨਾ ਛੱਡੀਏ ਔਰ ਇਸ ਪ੍ਰਾਣ ਪ੍ਰਤਿਸ਼ਠਾ ਦਾ ਹਿੱਸਾ ਬਣੀਏ।
घर सजाइए, झंडे लगाइए, लाइटिंग करिए और प्रभु राम जी का गुणगान करिए। जय श्री राम।